हाँ जी, मैं अपना नाम जी कमलेश राणी। इंद्रपाल जी, तुहाडे हसबैंड ने इंग्लैंड दे विचों वो गोल्ड मैडल ब्रोंज मैडल लैके आए, जिथे बाकी परिवार के जिवें भैणां नूं माता पिता नूं बहुत हौसला आ, बहुत खुश ने, ते तुहाडे ते हसबैंड ने तुहानूं ते बहुत ज़्यादा खुशी होनी। तुसीं अपनी खुशी दे बारे इजहार करन लई की कुछ कहना चाहुंदे, की महसूस करदे हो? मैनूं भी बहुत खुशी होई है ते जी 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 मेरे हसबैंड इन्ने उच्चे मुकाम ते पहुंचे ने ते जी जी कोई नहीं, पूरे पिंड दा नाम रोशन कीता है और पूरे देश दा ही नाम रोशन कीता है। तुहाडे बच्चे आ, तुसीं अपने बच्चियां नूं भी इहो जिहा बनाउण दी कोशिश, क्योंकि माँ दे इक बहुत वड्डा रोल हुंदा है, तुहाडे बच्चे आ, तुसीं की चाहुंदे हो तुहाडे निरपाल वर्गे ही बनाउणे? हां जी, असीं यही चाहुंदे आ कि साडे बच्चे भी इसे मुकाम ते पहुंचण। ਹਾਂਜੀ ਮਾਤਾ, ਤੁਹਾਡਾ ਬੇਟਾ ਨਿਰਪਾਲ ਸਿੰਘ ਇੰਗਲੈਂਡ ਦੇ ਵਿੱਚੋਂ ਮੈਡਲ ਲੈ ਕੇ ਆਇਆ, ਤੁਸੀਂ ਇਸ ਵੇਲੇ ਕਿਹੋ ਜਿਹਾ ਮਹਿਸੂਸ ਕਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਜੀ ਇਹ ਸਾਨੂੰ ਬਹੁਤ ਖੁਸ਼ੀ ਹੋਈ ਹੈ, ਬਹੁਤ ਅਸੀਂ ਚਾਹਵਾਂ ਦੇ ਨਾਲ ਇਹ ਪਾਲਣ ਪੋਸ਼ਣ ਕੀਤਾ ਜੀ, ਤਾਂ ਹੁਣ 3 ਸਾਲ ਤੋਂ ਆਪਣੀ ਬਹੁਤ ਮਿਹਨਤ ਕਰਦਾ ਤਾਂ ਹੁਣ ਇਹ ਗੋਲਡ ਮੈਡਲ ਲੈ ਕੇ ਆਇਆ, ਸਾਨੂੰ ਬਹੁਤ ਖੁਸ਼ੀ ਹੋਈ ਹੈ, ਸਾਡੇ ਸਾਰੇ ਪਿੰਡ ਨੂੰ ਹੀ ਖੁਸ਼ੀ ਹੋਈ ਹੈ। ਜਦੋਂ ਇਹਦਾ ਕਾਫਲਾ ਲੈ ਕੇ ਪਿੰਡ ਦੇ ਲੋਕ, ਬਾਹਰਲੇ ਲੋਕ ਇਹਦਾ ਕਾਫਲਾ ਲੈ ਕੇ, ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਸੀਗੇ ਜਦੋਂ ਤੁਹਾਡੇ ਘਰ ਆਇਆ? ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ। ਤੁਸੀਂ ਬੇਟਾ, ਤੁਸੀਂ ਤੁਹਾਡਾ ਨਾਮ? ਕਾਜਲ। ਤੁਹਾਡੇ ਨਿਰਪਾਲ ਭਾਈ ਨੇ? ਬ੍ਰਦਰ, ਹਾਂਜੀ। ਤੁਸੀਂ ਕੀ ਕਰਦੇ ਹੋ? BA। ਅੱਛਾ, ਕੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਹਾਡਾ ਵੱਡਾ ਭਾਈ ਮੈਡਲ ਲੈ ਕੇ ਆਇਆ? ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਬ੍ਰਦਰ ਇਹ ਮੈਡਲ ਜਿੱਤ ਕੇ ਆਇਆ ਤੇ ਅੱਗੇ ਤਰੱਕੀ ਕਰੂੰਗਾ। ਤੇ ਤੁਸੀਂ BA ਕਰਦੇ ਹੋ, ਜਦੋਂ ਤੁਹਾਡੇ ਸਹੇਲੀਆਂ ਨੂੰ ਜਾਂ ਤੁਹਾਡੇ ਕਾਲਜ ਦੇ ਵਿੱਚ ਪਤਾ ਲੱਗਦਾ, ਤੁਹਾਨੂੰ ਲੱਗਾ ਜਦੋਂ ਇਹ ਜਿੱਤੇ ਵੀ, ਤੇ ਕੀ ਕਿਸ ਤਰ੍ਹਾਂ ਤੁਹਾਡੇ ਫਰੈਂਡ ਸਰਕਲ ਨੇ ਤੁਹਾਨੂੰ ਰਿਸਪੌਂਸ ਦਿੱਤਾ? ਬਹੁਤ ਵਧੀਆ। ਮਿੰਦਰਪਾਲ ਉਹ ਜੀ, ਤੁਹਾਡਾ ਬੇਟਾ ਨਿਰਪਾਲ ਇੰਗਲੈਂਡ ਦੇ ਵਿੱਚ ਹੋਈਆਂ ਗੇਮਾਂ ਦੇ ਵਿੱਚੋਂ ਗੋਲਡ ਮੈਡਲ ਤੇ ਬ੍ਰੌਂਜ਼ ਮੈਡਲ ਲੈ ਕੇ ਆਇਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ ਕਿ ਇਹ ਮਿਹਨਤ ਕਰੇ, ਗਾਹਾਂ ਆਪਣੇ ਦੇਸ਼ ਦੀ ਤਰੱਕੀ ਕਰੇ, ਆਪਣੇ ਦੇਸ਼ ਨੂੰ ਮਤਲਬ ਵਧੀਆ ਗੇਮ ਵਿੱਚ ਲਿਆਵੇ, ਕਿ ਸਾਡਾ ਦੇਸ਼ ਦੀ ਸ਼ਾਨ ਉੱਚੀ ਹੋ ਜਾਵੇ। ਅੱਜ ਉਹ ਆਏ ਆ, ਜਿੱਤ ਕੇ ਆਏ, ਅੱਜ ਪਿੰਡ ਦੇ ਵਿੱਚ ਪਹਿਲੀ ਵਾਰ ਆਏ ਆ, ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਖੁਸ਼ੀ ਮਹਿਸੂਸ ਕਰਦੇ ਜੀ, ਅਸੀਂ ਬਹੁਤ ਹੀ ਵਧੀਆ, ਸਾਡੇ ਪਿੰਡ ਦਾ, ਸਾਡੇ ਜ਼ਿਲ੍ਹੇ ਦਾ, ਸਾਡੇ ਪੰਜਾਬ ਦਾ ਨਾਂ ਉੱਪਰ ਹੋਇਆ ਸਾਡੇ ਘਰ ਦਾ। ਹਾਂਜੀ, ਚਲੋ ਘਰ ਦਾ ਤਾਂ ਬਾਅਦ ਵਿੱਚ ਆ ਜਾਂਦਾ ਜੀ। ਨਹੀਂ ਚਲੋ, ਜਿਵੇਂ ਤੁਸੀਂ ਪਿੰਡ ਦੇ ਵਿੱਚ, ਪਿੰਡ ਦੀ ਗੱਲ ਕਰਦੇ ਹੋ, ਅੱਜ ਤੁਸੀਂ ਜਸ਼ਨ ਕੀਤਾ ਆ, ਤੁਹਾਡੇ ਸ਼ਰੀਕੇ ਭਾਈਚਾਰੇ ਦੇ ਵਿੱਚੋਂ ਕਿਹੋ ਜਿਹਾ ਮਾਹੌਲ ਤੁਹਾਨੂੰ ਲੱਗ ਰਿਹਾ ਜਦੋਂ ਤੁਹਾਡੇ ਲੋਕ ਪਿੰਡ ਦੇ ਸਾਰੇ ਘਰ ਆਏ ਆ? ਹਾਂਜੀ, ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਬਹੁਤ ਖੁਸ਼ੀ ਮਨਾਈ ਮੇਰੇ ਪਿੰਡ ਨੇ, ਮੇਰੇ ਭਾਈਚਾਰੇ ਸ਼ਰੀਕੇ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਹੈ। ਨਿਰਪਾਲ ਸਿੰਘ, ਹਾਂਜੀ, ਮੈਂ ਨਿਰਪਾਲ ਸਿੰਘ, ਜੋ ਬਾਹਰ ਫੁੱਲ ਪਾਵਰ ਲਿਫਟਿੰਗ 'ਚ ਖੇਲਣ ਗਿਆ ਅਤੇ 2 ਗੋਲਡ ਮੈਡਲ ਅਤੇ 1 ਬਰਾਊਨ ਮੈਡਲ ਜਿੱਤ ਕੇ ਲਿਆ, ਔਰ ਇਹ ਦਾ ਸਾਰਾ ਜਾਣੀ ਕਿ ਜਿੱਤ ਦਾ ਸਿਹਰਾ ਮੇਰੇ ਗੁਰੂ ਜੀ ਭੁਪਿੰਦਰ ਧਵਨ ਜੀ, ਦਰੋਣਾਚਾਰੀਆ ਦਾਜਿਮ, ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਅੱਗੇ ਹੋਰ ਮਿਹਨਤ ਕਰੂੰਗਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੂੰਗਾ। ਨਿਰਪਾਲ ਜੀ, ਜਿਹੜੀ ਤੁਸੀਂ ਪਾਵਰ ਲਿਫਟਿੰਗ ਸੀ, ਇਹ ਕਦੋਂ ਸ਼ੁਰੂ ਕੀਤੀ ਹੈ? ਇਹ ਜਾਣੀ ਕਿ ਇਹਨੂੰ ਜੀ 3 ਸਾਲ ਹੋ ਗਏ ਮੈਨੂੰ ਮਿਹਨਤ ਕਰਦੇ ਨੂੰ, ਅਤੇ 3 ਸਾਲੇ ਹੋ ਗਏ ਗੁਰੂ ਜੀ ਕੋਲ ਹੈ, ਭੁਪਿੰਦਰ ਧਵਨ ਜੀ ਕੋਲ ਹੈ, ਦਰੋਣਾਚਾਰੀਆ ਦਾਜਿਮ ਦਿੱਲੀ। ਤੁਸੀਂ ਕਦੀ ਪਹਿਲਾਂ ਵੀ ਵਿਦੇਸ਼ ਗਏ ਹੋ ਜਾਂ ਤੁਸੀਂ ਪਹਿਲੀ ਵਾਰ ਜਾ ਕੇ? ਫਸਟ ਟਾਈਮ ਹੈ ਜੀ ਵਿਦੇਸ਼ ਗਿਆ ਜੀ। ਫਸਟ ਟਾਈਮ ਇੰਡੀਆ ਦੇ ਵਿੱਚ ਕਿੰਨੇ ਕੁ ਵਾਰ ਤੁਸੀਂ ਇਹ ਗੇਮ ਕਰ ਚੁੱਕੇ ਹੋ? ਇੰਡੀਆ ਦੇ ਵਿੱਚ ਤਾਂ ਜੀ ਮੈਂ ਘੱਟੋ ਘੱਟ 10 ਵਾਰੀ ਖੇਲ ਚੁੱਕਿਆ ਜੀ। ਅਤੇ ਗਾਂ ਦਾ ਤੁਹਾਡੀ ਕੀ ਪਲੈਨਿੰਗ ਹੈ ਜੀ? ਗਾਂ ਦੀ ਪਲੈਨਿੰਗ ਇਹੀ ਹੈ ਜੀ, ਬਸ ਮਿਹਨਤ ਕਰੂੰਗਾ ਆਪਣੇ ਗੁਰੂ ਦਾ ਔਰ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੂੰਗਾ। ਬਹੁਤ ਬਹੁਤ ਧੰਨਵਾਦ ਜੀ। ਅੱਜ ਤੁਹਾਡਾ ਨਾਮ ਜੀ? ਪਰਮਜੀਤ ਕੌਰ। ਹਾਂ ਪਰਮਜੀਤ, ਤੁਹਾਡੇ ਭਾਈ ਨਿਰਪਾਲ ਸਿੰਘ ਜਿਹੜੇ ਆ, ਉਹ ਤੁਹਾਡੇ ਤੋਂ ਛੋਟੇ ਆ ਵੱਡੇ ਆ? ਮੇਰੇ ਤੋਂ ਵੱਡੇ ਨੇ। ਅੱਛਾ, ਉਹ ਅੱਜ ਆਪਣੇ ਇੰਗਲੈਂਡ ਦੇ ਵਿੱਚ ਹੋਈਆਂ ਗੇਮਾਂ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਆ, ਤੁਸੀਂ ਕਿਹੋ ਜਿਹਾ ਤੁਹਾਨੂੰ ਲੱਗ ਰਿਹਾ? ਮੈਂ ਬਹੁਤ ਜ਼ਿਆਦਾ ਐਕਸਾਈਟਡ ਹੂੰ ਇਹਦੇ ਵਿੱਚ ਕਿ ਮੇਰਾ ਬ੍ਰਦਰ ਇੰਗਲੈਂਡ ਵਿੱਚੋਂ 2 ਗੋਲਡ ਮੈਡਲ ਔਰ 1 ਬਰਾਊਨ ਮੈਡਲ ਲੈ ਕੇ ਆਏ ਨੇ, ਜਿਹਦੇ ਕਰਕੇ ਮੇਰੇ ਆਂਢ ਗੁਆਂਢ ਭਾਈਚਾਰੇ ਰਿਸ਼ਤੇਦਾਰੀ 'ਚ ਸਭ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨੇ, ਔਰ ਮੈਂ ਮੈਰਿਡ ਹੂੰ ਔਰ ਮੇਰੇ ਸਹੁਰਿਆਂ ਵਿੱਚ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਕਿ ਉਹਨਾਂ ਦੇ ਬ੍ਰਦਰ ਇਸ ਲੈਵਲ 'ਤੇ ਪਹੁੰਚ ਗਏ ਨੇ। ਮੈਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰਾ ਬ੍ਰਦਰ ਇੰਨੇ ਉੱਚੇ ਲੈਵਲ 'ਤੇ ਇੰਗਲੈਂਡ ਵਿੱਚ 2 ਗੋਲਡ ਮੈਡਲ ਔਰ 1 ਬਰਾਊਨ ਮੈਡਲ ਜਿੱਤ ਕੇ ਆਏ ਨੇ, ਕਿ ਅੱਗੇ ਆਉਣ ਵਾਲੀ ਪੀੜ੍ਹੀ ਵੀ ਇਸ ਲੈਵਲ 'ਤੇ ਪਹੁੰਚ ਚੱਕਿਆ। ਮੇਰੇ ਬ੍ਰਦਰ ਨੇ ਇਹੀ ਹੀ ਆਪਣੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਜਿਹੜੇ ਛੋਟੇ ਬੱਚੇ ਨੇ ਹੋਰ ਮੇਰੇ ਨੇ ਉਹ ਵੀ ਇਸ ਲੈਵਲ 'ਤੇ ਪਹੁੰਚਣ। ਉਹਨਾਂ ਨੇ ਤਾਂ ਹੀ ਇਹ ਤਰੱਕੀ ਕੀਤੀ ਹੈ ਕਿ ਜਿਹੜੇ ਸਾਡੇ ਛੋਟੇ ਬੱਚੇ ਹਨ ਇਹਨਾਂ ਨੂੰ ਵੀ ਮੈਂ ਉੱਥੇ ਪਹੁੰਚਾਵਾਂ। ਮੇਰੇ ਪਿੰਡ 'ਤੇ ਦਰੋਣਾਚਾਰੀਆ ਅਵਾਰਡੀ ਭੁਪਿੰਦਰ ਧਵਨ ਦੇ ਸ਼ਾਗਿਰਦ ਨਿਰਪਾਲ ਸਿੰਘ ਗੁੱਜਰ ਵੱਲੋਂ ਇੰਗਲੈਂਡ ਵਿਖੇ ਹੋਈ ਪਾਵਰ ਲਿਫਟ
लिफ्टिंग गेमों के दो सोने के एक कंसे का मैडल जितया गया, जिस नाल उन्होंने पिंड गजर विखे गल की गई। तो पेश हैं अपने जिहड़े आ न्यू टूडे ग्रुप के दर्शकों लई कुछ अंश। हुशियारपुर तो न्यू टूडे ग्रुप लई दलजीत अजनोहा।